ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋਈ ਸੀ, ਜਿਸ ਵਿੱਚ ਇੱਕ ਵਿਅਕਤੀ ਵੀਡੀਓ ਬਣਾ ਕੇ ਕਹਿ ਰਿਹਾ ਸੀ ਕਿ ਬਟਾਲਾ ਪੁਲਿਸ ਟਿਪਲਿੰਗ ਲਈ ਬੱਕਰੇ ਦਾ ਚਲਾਨ ਕੱਟ ਰਹੀ ਹੈ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਅਤੇ ਵਾਇਰਲ ਕਰਨ ਵਾਲੇ ਨੌਜਵਾਨਾਂ ਤੇ ਵੱਡੀ ਮੁਸੀਬਤ ਆਣ ਪਈ ਹੈ। ਪੁਲਿਸ ਨੇ ਉਕਤ ਨੌਜਵਾਨ ਅਤੇ ਉਸਦੇ ਸਾਥੀ ਖਿਲਾਫ਼ ਵੱਖ ਵੱਖ ਧਾਰਾਵਾਂ ਦੇ ਤਹਿਤ ਮਾਮਲੇ ਦਰਜ ਕਰਕੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ। ਥਾਣਾ ਪ੍ਰਭਾਰੀ ਰਵਿੰਦਰਪਾਲ ਸਿੰਘ ਮੁਤਾਬਕ ਜੋ ਚਲਾਨ ਕੱਟਣ ਦਾ ਵੀਡੀਓ ਵਾਇਰਲ ਹੋਇਆ ਸੀ ਉਹ ਗਲਤ ਹੈ। ਉਹਨਾਂ ਨੇ ਚਲਾਨ ਕੱਟਿਆ ਹੀ ਨਹੀਂ ਸੀ ਬਲਕਿ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਸੀ, ਪਰ ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਇਹਨਾਂ ਨੌਜਵਾਨਾਂ ਦੇ ਖਿਲਾਫ਼ ਮਾਮਲਾ ਦਰਜ ਕੀਤਾ ਗਿਆ। ਕੁਝ ਦਿਨ ਪਹਿਲਾਂ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਕਿ ਦੋ ਬੰਦੇ ਇਹ ਕਹਿ ਰਹੇ ਆ ਕਿ ਅਸੀਂ ਟੂ ਵੀਲਰ ਤੇ ਇੱਕ ਬੱਕਰਾ ਲੈ ਕੇ ਜਾ ਰਹੇ ਸੀ ਤੇ ਪੁਲਿਸ ਸਾਡਾ ਟ੍ਰਿਪਲ ਦਾ ਟ੍ਰਿਪਲਿੰਗ ਦਾ ਟ੍ਰਿਪਲ ਆਈਡੀ ਦਾ ਚਲਾਨ ਕਰ ਰਹੀ ਹੈ। ਐਕਚੁਅਲੀ ਉਹ ਪੁਲਿਸ ਨੇ ਚਲਾਨ ਨਹੀਂ ਸੀ ਕੀਤਾ, ਪੁਲਿਸ ਨੇ ਉਹਨੂੰ ਇਸ ਲਈ ਰੋਕਿਆ ਸੀ ਕਿਉਂਕਿ ਬੱਕਰਾ ਲੈ ਕੇ ਜਾ ਰਹੇ ਸੀਗੇ, ਉਹ ਨੈਗਲੀਜੈਂਟ ਰੈਸ਼ ਡਰਾਈਵਿੰਗ ਕਰ ਰਹੇ ਸੀ, ਲੋਕਾਂ ਦੀ ਜਾਨ ਖਤਰੇ 'ਚ ਪਾ ਰਹੇ ਸੀਗੇ। ਉਹਨੂੰ ਅਸੀਂ ਅਰੈਸਟ ਕਰ ਲਿਆ, ਨਰਿੰਦਰ ਸਿੰਘ ਸਨ ਆਫ ਫਕੀਰ ਸਿੰਘ ਹੈ ਜੀ, ਰਾਏਚੱਕ ਪਿੰਡ ਦਾ, ਉਹਨੂੰ ਅਰੈਸਟ ਕਰ ਲਿਆ। ਉਹਦੇ ਅਗੇਂਸਟ 279 IPC ਰੈਸ਼ ਡਰਾਈਵਿੰਗ, ਨੈਗਲੀਜੈਂਟ ਡਰਾਈਵਿੰਗ, ਖਤਰਨਾਕ ਤਰੀਕੇ ਨਾਲ ਡਰਾਈਵਿੰਗ ਕਰਨੀ, ਲੋਕਾਂ ਦੀ ਜਾਨ ਨੂੰ ਖਤਰੇ ਵਿੱਚ ਪਾਉਣਾ, ਅਤੇ ਸੈਕਸ਼ਨ 11 ਆਫ ਦੀ ਪ੍ਰਵੈਂਸ਼ਨ ਆਫ ਕਰੋਲਟੀ ਟੂ ਐਨੀਮਲਸ ਐਕਟ, ਕਿਉਂਕਿ ਉਹਨੇ ਬੱਕਰੇ ਨੂੰ ਬੜੇ ਬੁਰੇ ਤਰੀਕੇ ਨਾਲ ਲੱਤਾਂ ਨੂੰ ਤੋੜ ਮਰੋੜ ਕੇ ਟੂ ਵੀਲਰ ਉੱਪਰ ਬਿਠਾਇਆ ਹੋਇਆ ਸੀਗਾ। ਦੋਨੇ ਸੈਕਸ਼ਨਾਂ 'ਚ ਪਰਚਾ ਦਰਜ ਕਰਕੇ FIR 47 ਦਰਜ ਕਰਕੇ ਨਰਿੰਦਰ ਸਿੰਘ ਨੂੰ ਅਰੈਸਟ ਕਰ ਲਿਆ। ਜੂਦਾ ਜੋਸ਼ੀ ਜੋ ਰਾਏਚੱਕ ਪਿੰਡ ਦਾ ਜਾਂ ਗੋਰਾ ਮਸੀ ਹਾਲੇ ਫਿਲਹਾਲ ਫਰਾਰ ਹੈ। ਮਾਮਲਾ ਬਟਾਲਾ ਦਾ, ਜਦੋਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਮੋਟਰਸਾਈਕਲ ਤੇ ਬੱਕਰੇ ਨੂੰ ਲੈ ਕੇ ਬਟਾਲਾ ਤੋਂ ਆਪਣੇ ਪਿੰਡ ਵੱਲ ਜਾ ਰਹੇ ਸਨ। ਪੁਲਿਸ ਨੇ ਉਹਨਾਂ ਨੂੰ ਰੋਕਿਆ, ਜਿਸ ਤੋਂ ਬਾਅਦ ਨੌਜਵਾਨ ਨਰਿੰਦਰ ਸਿੰਘ ਇਹ ਕਹਿੰਦੇ ਹੋਏ ਵੀਡੀਓ ਬਣਾਉਣ ਲੱਗਿਆ ਕਿ ਪੁਲਿਸ ਟ੍ਰਿਪਲ ਡਰਾਈਵਿੰਗ ਦੱਸ ਕੇ ਉਹਨਾਂ ਦਾ ਚਲਾਨ ਕੱਟ ਰਹੀ ਹੈ। ਬਹਰਹਾਲ ਇਹਨਾਂ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋਈ ਸੀ ਅਤੇ ਪੰਜਾਬ ਪੁਲਿਸ ਦਾ ਇਸ ਵੀਡੀਓ ਦੇ ਨਾਲ ਕਾਫੀ ਮਜ਼ਾਕ ਬਣਿਆ ਸੀ। ਬਟਾਲਾ ਤੋਂ ਨਵੀਨ ਲੁਥਰਾ ਦੀ ਰਿਪੋਰਟ, ਡੇਲੀ ਪੋਸਟ, ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ, ਨਿਊਜ਼ੀਲੈਂਡ, ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ? ਤੇ ਅੱਜ ਹੀ ਮਿਲੋ ਪਿਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ, ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ। ਤੁਸੀਂ ਕਾਲ ਕਰ ਸਕਦੇ ਹੋ 92563 92563 'ਤੇ।